Yes. Hallelujah. Hallelujah. मेरे वालों साहब ने जैम से की खुदा दा शुक्र करते हैं कि खुदा अपनी हुजूरी में लेके आया। मेरा नाम अजय है, मैं कोटर शहर का मैं रहने वाला और 2017 ਦੇ ਵਿੱਚ ਮੈਂ ਪਲੱਸ 2 ਕਲੀਅਰ ਕੀਤੀ ਸੀ। ਉਸ ਤੋਂ ਬਾਅਦ ਮੈਂ ਕਾਲਜ ਜੁਆਇਨ ਕੀਤਾ ਬਟ ਕਾਲਜ ਵੀ ਛੱਡ ਕੇ ਫਿਰ ਮੈਂ ਆਸ ਕੀਤੀ, ਪਹਿਲੀ ਵਾਰ ਕੀਤੀ ਫਿਰ ਦੂਸਰੀ ਵਾਰ ਕੀਤੀ, ਆਸ ਕਲੀਅਰ ਹੋ ਗਈ। ਫਿਰ ਮੈਂ ਅਪਲਾਈ ਕੀਤਾ ਕੈਨੇਡਾ ਦਾ, ਉੱਥੇ ਦਾ ਮੇਰਾ ਵੀਜ਼ਾ ਨਹੀਂ ਲੱਗਾ। ਫਿਰ ਮੈਂ ਉਸ ਤੋਂ ਬਾਅਦ ਜਰਮਨ ਦਾ ਅਪਲਾਈ ਕੀਤਾ, ਇੱਕ ਸਾਲ ਡੇਢ ਸਾਲ ਮੈਂ ਵੇਟ ਕੀਤਾ ਪਰ ਉੱਥੇ ਦਾ ਵੀ ਮੇਰਾ ਵੀਜ਼ਾ ਨਹੀਂ ਲੱਗਾ। ਅਤੇ ਫਿਰ ਮੈਂ ਪੁਰਤਗਾਲ ਦਾ ਅਪਲਾਈ ਕੀਤਾ, ਉਸ ਤੋਂ ਬਾਅਦ ਕਰੋਨਾ ਆ ਗਿਆ ਅਤੇ ਉਹਦਾ ਕਰਕੇ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਸੀ। ਫਿਰ ਖੁਦਾ ਦੇ ਦਾਸਾਂ ਨੇ ਮਤਲਬ ਉੱਥੇ ਅਸੀਂ ਪ੍ਰਾਰਥਨਾਵਾਂ ਕੀਤੀਆਂ ਔਰ ਪਰਮੇਸ਼ਰ ਨੇ ਕਿਰਪਾ ਕੀਤੀ ਅਤੇ ਏਜੰਟ ਕਹਿੰਦਾ ਵੀ ਤੈਨੂੰ ਦੁਬਈ ਲੈ ਜਾਂਦੇ ਹਾਂ, ਉੱਥੋਂ ਗਾਹ ਤੈਨੂੰ ਭੇਜ ਦਾਂਗੇ। ਮੈਂ ਦੁਬਈ ਗਿਆ, ਉੱਥੇ ਡੇਢ ਤੋਂ ਦੋ ਸਾਲ ਮੈਂ ਰਿਹਾ ਪਰ ਉੱਥੇ ਉਹਨੇ ਮੈਨੂੰ ਕਿਹਾ ਸੀ ਕਿ 3 ਜਾਂ 4 ਮਹੀਨੇ ਤੈਨੂੰ ਰੁਕਣਾ ਪੈਣਾ, ਉੱਥੋਂ ਗਾਹ ਤੈਨੂੰ ਲੈ ਜਾਂਗੇ ਵੀ ਅਸੀਂ ਅੱਗੇ ਇਟਲੀ ਭੇਜ ਦਾਂਗੇ, ਜਿੱਥੇ ਵੀ ਯੂਰਪ ਕਹੇਗਾ ਭੇਜ ਦਾਂਗੇ। ਪਰ ਉੱਥੇ ਦਾ ਵੀ ਨਹੀਂ ਬਣਿਆ, ਉਹ ਇਸ ਕਰਕੇ ਨਹੀਂ ਬਣਿਆ ਕਿਉਂਕਿ ਵਿੱਚ ਕਮੀਆਂ ਸੀ, ਕਈ ਮੇਰੇ ਵਿੱਚ ਕਮੀਆਂ ਸੀਗੀਆਂ ਜਾਂ ਫਿਰ ਕਈ ਔਰ ਪ੍ਰੋਬਲਮਾਂ ਸੀਗੀਆਂ। ਫਿਰ ਮੈਂ ਇੰਡੀਆ ਗਿਆ, ਡੇਢ ਸਾਲ ਬਾਅਦ ਮੈਂ ਇੰਡੀਆ ਗਿਆ, ਉੱਥੇ ਅਸੀਂ ਬੰਦਗੀ ਕਰਾਉਂਦੇ ਹੁੰਦੇ ਪਿੰਡ ਬੰਦਗੀ ਕਰਾਈ, ਪਰਮੇਸ਼ਰ ਦੇ ਦਾਸ ਆਏ ਉੱਥੇ ਵੀ, ਉਹਨਾਂ ਨੇ ਪ੍ਰਾਰਥਨਾਵਾਂ ਕੀਤੀਆਂ ਔਰ ਮੈਂ ਉੱਥੇ ਕੁਛ ਵਾਅਦੇ ਕੀਤੇ ਖੁਦਾ ਨਾਲ, ਆਪਣੇ ਦਿਲ ਵਿੱਚ ਮੈਂ ਖੁਦਾ ਨਾਲ ਕੁਛ ਵਾਅਦੇ ਕੀਤੇ ਔਰ ਆਪਣੀਆਂ ਕਮੀਆਂ ਖੁਦਾ ਦੇ ਅੱਗੇ ਰੱਖੀਆਂ। ਮੈਂ ਕਿਹਾ ਖੁਦਾ ਕਿ ਹੁਣ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਚੱਲਣਾ। ਮੈਂ ਫਿਰ ਮਤਲਬ ਇਹ ਸੋਚ ਛੱਡਦੀ ਸੀ, ਘਰਦੇ ਵੀ ਕਹਿੰਦੇ ਵੀ ਛੱਡ, ਬਹੁਤ ਵਾਰ ਅਪਲਾਈ ਕਰ ਲਿਆ ਕਿਉਂਕਿ ਜਦੋਂ ਮੈਂ ਦੁਬਈ ਵੀ ਰਿਹਾ ਮੈਂ 3 ਤੋਂ 4 ਵਾਰ ਅਪਲਾਈ ਕੀਤਾ ਸੀਗਾ ਪਰ ਨਹੀਂ ਮੇਰਾ ਉਦੋਂ ਵੀ ਵੀਜ਼ਾ ਨਹੀਂ ਲੱਗਾ। ਉੱਥੇ ਵੀ ਪੈਸੇ ਕਾਫੀ ਗਏ, ਕਿਸੇ ਜਗ੍ਹਾ 1 ਲੱਖ ਗਏ 2 ਲੱਖ, ਇੱਦਾਂ ਕਾਫੀ ਖਰਾਬ ਹੋ ਗਏ ਪੈਸੇ। ਘਰਦੇ ਕਹਿੰਦੇ ਰਹਿੰਦੇ ਉੱਥੇ ਕੰਮ ਕੋਈ ਹੋਰ ਦੇਖ ਲਾਂਗੇ। ਮੈਂ ਉੱਥੇ ਆਇਆ ਵਾਪਸ, ਉਸ ਤੋਂ 10 ਦਿਨ ਬਾਅਦ ਮੈਨੂੰ ਏਜੰਟ ਦਾ ਫੋਨ ਆ ਗਿਆ ਕਿ ਤੇਰਾ ਕੰਮ ਬਣ ਗਿਆ, ਤੂੰ ਤਿਆਰੀ ਕਰ। ਹਾਲੇਲੂਇਆ। ਉਸ ਤੋਂ ਬਾਅਦ ਮੈਂ 5 ਨਵੰਬਰ ਨੂੰ 5 ਅਕਤੂਬਰ ਨੂੰ ਇੱਥੇ ਆਇਆ ਔਰ ਇੱਥੇ ਆ ਕੇ ਵੀ ਮੈਂ 3 ਮਹੀਨੇ ਵਿਹਲਾ ਰਿਹਾ। ਫਿਰ ਮੈਨੂੰ ਕੰਮ ਮਿਲਿਆ, ਮੈਂ 1 ਮਹੀਨਾ ਉੱਥੇ ਗਿਆ ਕੰਮ। ਉੱਥੇ ਨਾ ਤਾਂ ਸੰਡੇ ਦੀ ਛੁੱਟੀ ਸੀਗੀ ਅਤੇ ਨਾ ਹੀ ਮਤਲਬ ਕਿ ਮੈਂ ਹੋਰ ਕੋਈ ਛੁੱਟੀ ਸੀਗੀ ਅਤੇ ਮੈਂ ਮਤਲਬ ਵਧੀਆ ਨਹੀਂ ਸੀ ਕੰਮ। ਫਿਰ ਭਾਜੀ ਐਂਥਨੀ ਔਰ ਦੀਦੀ ਹੁਣੀ ਮੈਨੂੰ ਇਸ ਚਰਚ ਵਿੱਚ ਲੈ ਕੇ ਆਇਆ 31st ਓਵਰਨਾਈਟ ਕ੍ਰੋਸ ਓਵਰਨਾਈਟ ਨਾਈਟ ਨੂੰ, ਮੇਰਾ ਮਤਲਬ ਬਹੁਤ ਦਿਲ ਕਰਦਾ ਸੀ ਦੀਦੀ ਹੁਣਾਂ ਨੂੰ ਕਹਿਣ ਲਈ ਕਿ ਮੈਨੂੰ ਚਰਚ ਲੈ ਕੇ ਜਾਇਓ ਕਿਉਂਕਿ ਦੀਦੀ ਹੁਣੀ ਮੈਨੂੰ ਦੱਸਦੇ ਹੁੰਦੇ ਸੀ ਭਾਜੀ ਹੁਣੀ ਕਿ ਪਾਸਟਰ ਜੀ ਹੁਣਾਂ ਬਾਰੇ, ਚਰਚ ਬਾਰੇ। ਅਤੇ ਇਹੋ ਜਿਹਾ ਆਨੰਦ ਹੋਰ ਕਿਸੇ ਚਰਚ ਵਿੱਚ ਨਹੀਂ ਆ ਜੋ ਇੱਥੇ ਆ। ਹਾਲੇਲੂਇਆ। ਇੰਡੀਆ ਚਰਚ ਵੀ ਔਰ ਮੈਂ ਦੁਬਈ ਵੀ ਮਤਲਬ ਬਹੁਤ ਮਿਸ ਕਰਦਾ ਹੁੰਦਾ ਸੀ ਇੰਡੀਆ ਦੇ ਚਰਚ ਨੂੰ ਔਰ ਇੱਥੇ ਵੀ ਮੈਂ ਜਦੋਂ ਆਇਆ ਮੈਨੂੰ ਆਪਣਾ ਇੱਕ ਚਰਚ ਲੱਗਾ, ਆਪਣੀ ਇੱਕ ਆਤਮਿਕ ਭੈਣ ਭਰਾਵਾਂ ਵਾਲੀ ਮਤਲਬ ਬਲੈਸਿੰਗ ਮਿਲੀ। ਹਾਲੇਲੂਇਆ ਹਾਲੇਲੂਇਆ। ਔਰ ਫਿਰ ਮੈਂ ਉਹਨਾਂ ਦੇ ਦਾਸਾਂ ਨੇ ਮਤਲਬ ਕਿ ਮੈਨੂੰ ਕਿਹਾ ਕਿ ਤੂੰ, ਮੈਂ ਰੋਮ ਜਾਣਾ ਸੀਗਾ ਉੱਥੇ ਕੰਮ ਲਈ ਜਾਣਾ ਸੀਗਾ, ਦਾਸ ਕਹਿੰਦੇ ਕਿ ਨਹੀਂ ਤੂੰ ਉੱਥੇ ਨਹੀਂ ਜਾਣਾ, ਮੈਂ ਤੇਰਾ ਇੰਤਜ਼ਾਮ ਕਰਦਾ। ਤਾਂ ਦੇ ਦਾਸ ਨੇ ਇੱਥੇ ਗੱਲ ਕੀਤੀ ਔਰ ਮੈਨੂੰ ਇੱਥੇ ਇੱਕ ਵਧੀਆ ਕੰਮ ਮਿਲਿਆ। ਹਾਲੇਲੂਇਆ ਹਾਲੇਲੂਇਆ। ਉਹਨਾਂ ਨੇ ਮਤਲਬ ਪੱਕਾ ਕੰਮ ਮਿਲਿਆ। ਉਸ ਤੋਂ ਬਾਅਦ ਮੈਂ ਸਲੋਨ ਦਾ ਕੰਮ ਕਰਦਾ ਅਤੇ ਉਹ ਕਹਿੰਦੇ ਸੀਗੇ ਕਿ ਸੰਡੇ ਦੀ ਛੁੱਟੀ ਨਹੀਂ ਆ, ਮੇਰੇ ਨਾਲ ਜਿੰਨੇ ਵੀ ਮੁੰਡੇ ਆ ਉਹਨਾਂ ਨੂੰ ਕਿਸੇ ਨੂੰ ਸੰਡੇ ਦੀ ਛੁੱਟੀ ਨਹੀਂ ਆ। ਪਰ ਕੱਲ ਹੀ ਦਾਸਾਂ ਨੇ ਉਹਨਾਂ ਨਾਲ ਗੱਲ ਕੀਤੀ ਔਰ ਪ੍ਰੇਅਰ ਵੀ ਅਸੀਂ ਵੀ ਕਰਾਵਾਂ, ਪ੍ਰਾਰਥਨਾ ਕੀਤੀ ਔਰ ਦਾਸਾਂ ਨੇ ਵੀ, ਔਰ ਉਹਨਾਂ ਨੇ ਕਿਹਾ ਕਿ ਤੂੰ ਸੰਡੇ ਚਰਚ ਜਾ ਸਕਦਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਇੱਕ ਨਾ ਉਹ ਲਾਈਨ ਹੈ ਜਿਹੜਾ ਬੁੱਧਵਾਰ ਨਹੀਂ ਇਹਨਾਂ ਦਾ ਸੌਂਗ ਸੀ, ਉਹ ਕੋਡ ਰੱਖਿਆ ਜਿਹੜਾ ਦੁਆਓਂ ਕੋ ਸੁਨਤਾ ਜ਼ਰੂਰ ਹੈ। ਇੱਕ ਲਾਈਨ ਖੁਦਾ ਨੇ ਬ੍ਰਦਰ ਨੂੰ ਬਲੈਸ ਕੀਤਾ ਕਿ ਆਪ ਲਿਖਦੇ ਆ ਔਰ ਵਰਸ਼ਿਪ ਕਰਦੇ ਆ ਖੁਦਾ ਦੀ। ਇੱਕ ਲਾਈਨ ਮੈਂ ਚਾਹੁੰਦਾ ਕਿ ਇੱਕ ਲਾਈਨ ਉਹ ਮੁਖੜਾ ਗਾਇਆ ਥੋੜ੍ਹਾ ਜਿਹਾ। ਔਰ ਮੈਂ 2017 ਦੇ ਵਿੱਚ 5-6 ਸੌਂਗ ਲਿਖੇ ਸੀ, ਭਜਨ ਲਿਖੇ ਸੀ। ਉਸ ਤੋਂ ਬਾਅਦ ਕਾਲਜ ਜਾਣ ਲੱਗ ਗਿਆ ਇੱਦਾਂ, ਕਾਲਜ ਦੇ ਵਿੱਚ ਥੋੜੀ ਲਾਈਫ ਬਦਲ ਜਾਂਦੀ ਵੀ ਸੌਂਗ ਗਾਉਣੇ ਬੰਦ ਹੋ ਗਏ ਉੱਤੋਂ। ਹਾਲੇਲੂਇਆ। ਸੌਂਗ ਤੁਹਾਨੂੰ ਪਤਾ ਸੌਂਗ ਗਾਉਣ ਲਈ ਕਨੈਕਸ਼ਨ ਚਾਹੀਦਾ ਹੈ ਨਾ। ਹਾਲੇਲੂਇਆ। ਤੇ ਉਹ ਲਾਈਨ ਜ਼ਰੂਰ ਸੁਣਾਓ, ਦੋ ਲਾਈਨਾਂ ਉਹ ਸੌਂਗ ਦੀਆਂ। ਉਸ ਤੋਂ ਬਾਅਦ 2021 ਦੇ ਵਿੱਚ ਅਪ੍ਰੈਲ ਦੇ ਵਿੱਚ ਯੈਸਟਰਡੇ ਤੇ ਦਾਸਾਂ ਨੇ ਵਚਨ ਕੀਤੇ ਸੀ, ਉਸ ਤੋਂ ਬਾਅਦ ਮੈਂ ਫਿਰ ਲਿਖਣਾ ਸਟਾਰਟ ਕੀਤਾ। ਉਸੇ ਨਾਈਟ ਨੂੰ ਆ ਕੇ ਮੈਂ ਘਰ ਭਜਨ ਲੈ ਕੀਤੇ ਸੀ ਦੋ, ਔਰ ਖੁਦਾ ਦਾ ਸ਼ੁਕਰ ਆ ਕਿ ਹੁਣ ਤੱਕ ਮੈਂ ਹਾਲੇਲੂਇਆ ਹਾਲੇਲੂਇਆ। ਤੇਰੀ ਭੂਲ ਹੈ ਦੁਆਓਂ ਕਰਤਾ ਕਬੂਲ ਹੈ
यीशु सुनता नहीं तेरी भूल है यीशु सुनता नहीं तेरी भूल है वो दुआओं को करता कबूल है यीशु सुनता नहीं तेरी भूल है ओ परमेश्वर दी तारीफ करिए जोर देना ताली बजा के वो दुआओं को करता कबूल है यीशु सुनता नहीं तेरी भूल है तुहाडी एक एक दुआ नूं कुप्पी विच पा के रखदा है हालेलुया गॉड ब्लेस यू सो मच